ਆ ਲਓ ਜੀ। ਅੱਛਾ, ਸਾਰੀ ਚੀਜ਼ਾਂ ਪਾਤੀਆਂ ਨਾ? ਹਾਂਜੀ ਹਾਂਜੀ, ਸਾਰੀਆਂ ਪਾਤੀਆਂ। ਦੁਬਾਰਾ ਨਹਾਉਣਾ ਪੈ ਜਾਏ? ਨਹੀਂ ਨਹੀਂ ਆਉਣਾ ਪੈਂਦਾ। ਓਹੋ ਬਾਪੂ ਜੀ, 500 ਦਾ ਨੋਟ ਦੇ ਕੇ ਗਏ ਸੀ ਅਤੇ ਬਾਕੀ ਪੈਸੇ ਲੈ ਕੇ ਨਹੀਂ ਗਏ। ਚੱਲ ਕੋਈ ਨਹੀਂ, ਡੈਡੀ ਦੁਕਾਨ 'ਤੇ ਆਉਂਦੇ ਆ ਨਾ, ਫਿਰ ਜਾਂਦਾ ਜਾਂਦਾ ਘਰ ਫੜਾ ਜੂੰਗਾ। ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ। ਆਹ ਕਿਲੋ ਚੀਨੀ ਦੇ ਦੇ ਅਤੇ ਅੱਧਾ ਕਿਲੋ ਪੱਤੀ ਅਤੇ ਤੇਲ ਦੀ ਸ਼ੀਸ਼ੀ ਵੀ ਦੇਣੀ ਨਾਲ। ਹਾਂਜੀ ਹਾਂਜੀ, ਮੈਂ ਦਿੰਦਾ। ਅਤੇ ਪਾਈਆ ਵੇਸਣ ਪਾ ਲਈ ਜ਼ਰੂਰ। ਠੀਕ ਜੀ ਠੀਕ ਜੀ। ਆ ਲਓ ਜੀ। ਅੱਛਾ, ਸਾਰੀ ਚੀਜ਼ਾਂ ਪਾਤੀਆਂ ਨਾ? ਹਾਂਜੀ ਹਾਂਜੀ, ਸਾਰੀਆਂ ਪਾਤੀਆਂ। ਦੁਬਾਰਾ ਨਹਾਉਣਾ ਪੈ ਜਾਏ ਕਿਤੇ? ਨਹੀਂ ਨਹੀਂ ਆਉਣਾ ਪੈਂਦਾ। ਰੁਕੇ ਰੁਕੇ ਡੈਡੀ ਜੀ, ਏਦਾਂ ਕਰਿਓ ਹਾਂ, ਮੰਨੇ ਕਰੋ ਮੇਰਾ ਸੂਟ ਲਿਆ ਦੋ, ਹਾਂ ਦਿੱਤਾ ਜੀ ਮੈਂ ਸੀਨ ਵਾਸਤੇ। ਅੱਛਾ ਅੱਛਾ, ਏਦਾਂ ਵਾ, ਮੈਂ ਲਿਆਊਂਗਾ, ਬਾਅਦ ਚ ਲਿਆਊਂਗਾ, ਥੋੜਾ ਜਿਹਾ ਆਰਾਮ ਕਰ ਲਾ ਜਰਾ ਨਾ। ਨਹੀਂ ਨਹੀਂ ਡੈਡੀ, ਮੈਂ ਤੁਹਾਨੂੰ ਕਹਿਣਾ ਹੀ ਨਹੀਂ, ਮੈਨੂੰ ਪਤਾ ਤੁਸੀਂ ਥੱਕੇ ਆਏ ਹੋ, ਪਰ ਮੈਂ ਕੀ ਕਰਦੀ, ਉਹਨੇ ਫੋਨ ਹੀ ਹੁਣੇ ਕੀਤਾ ਤੇ ਉਹਨੇ ਨਾਲੇ ਸ਼ਾਮਾਂ ਨੂੰ ਤੇ ਕਿਤੇ ਚੱਲ ਜਾਣਾ ਜੇ। ਅੱਛਾ, ਮੈਨੂੰ ਹੀ ਦੱਸ, ਦੁਬਾਰਾ ਗੇੜਾ ਤੇ ਨਹੀਂ ਪੈਗਾ? ਤਿਆਰ ਪਿਆ ਨਾ ਸੂਟ ਬਿਲਕੁਲ? ਹਾਂ ਸੂਟ ਤਿਆਰ ਆ, ਜਾਣ ਨੂੰ ਮੈਂ ਹੀ ਚੱਲ ਜਾਣਾ, ਤੁਹਾਨੂੰ ਪਤਾ ਫਿਰ ਮੈਂ ਜਾਂਦੀ ਚੰਗੀ ਨਹੀਂ ਨਾ ਲੱਗਦੀ। ਚਲ ਕੋਈ ਨਹੀਂ, ਮੈਂ ਲੈ ਆਉਣਾ, ਮਸਾਂ ਹੀ ਡਿੱਗਦੇ ਪੁਣ ਢਿੰਦੇ, ਹੁਣ ਮੈਂ ਜਾਣਾ ਵਾ। ਕੋਈ ਨਹੀਂ, ਲਿਆ ਦਿਓ ਫਿਰ। ਚਲ ਕੋਈ ਨਹੀਂ, ਲੈ ਆਉਣਾ ਵਾ। ਓਹੋ ਬਾਪੂ ਜੀ, 500 ਦਾ ਨੋਟ ਦੇ ਕੇ ਗਏ ਸੀ ਅਤੇ ਬਾਕੀ ਪੈਸੇ ਲੈ ਕੇ ਨਹੀਂ ਗਏ। ਚਲ ਕੋਈ ਨਹੀਂ, ਡੈਡੀ ਦੁਕਾਨ 'ਤੇ ਆਉਂਦੇ ਆ ਨਾ, ਫਿਰ ਜਾਂਦਾ ਜਾਂਦਾ ਘਰ ਫੜਾ ਜੂੰਗਾ। ਪਿਛਲੀ ਗਲੀ ਚ ਨਹੀਂ, ਉਹ ਤੇ ਫਿਰ ਚੰਗੇ ਸੀਂਦੀ ਆ, ਪਿਛਲੀ ਗੁਆਂਢਣ ਨੇ ਵੀ ਸਵਾਇਆ ਸੀ ਉਹਦੇ ਕੋਲ ਸੂਟ ਤੇ ਕਹਿੰਦੀ ਵਧੀਆ ਸੀਂਦੀ ਆ ਸੂਟ। ਚਲ ਕੋਈ ਨਹੀਂ, ਉਹ ਤੇ ਹੁਣ ਘਰ ਆਏਗਾ ਫੇਰ ਹੀ ਪਤਾ ਲੱਗਣਾ ਕਿੱਦਾਂ ਦਾ ਸੀਤਾ ਕਿੱਦਾਂ ਦਾ ਨਹੀਂ। ਚਲ ਬਣ ਗਈ ਸਬਜ਼ੀ? ਹਾਂ ਸਬਜ਼ੀ ਤੇ ਬਣ ਗਈ ਆ, ਰੋਟੀਆਂ ਲੱਗੀ ਲਾਉਣ ਬਸ। ਅੱਛਾ ਅੱਛਾ, ਚਲ ਲਾ ਲਓ ਫਿਰ। ਚਲ ਮੈਂ ਲਾ ਲੈਂਦੀ ਹਾਂ, ਮੈਂ ਡੈਡੀ ਆ ਹੀ ਜਾਣ ਫੇਰ ਹੀ ਲਾਉਂਦੀ ਆ। ਨਹੀਂ ਤੇ ਨਹੀਂ, ਕੋਈ ਨਹੀਂ, ਕਿੰਨੀਆਂ ਕੁ ਠੰਡੀਆਂ ਹੋ ਚੱਲੀਆਂ ਕਿਤੇ, ਤੁਸੀਂ ਲਾ ਕੇ ਰੱਖ ਲਓ ਗਾ ਫਟਾਫਟ ਕੰਮ ਮੁੱਕੇ। ਚਲ ਠੀਕ ਆ ਫਿਰ, ਮੈਂ ਲਾ ਲੈਂਦੀ ਹਾਂ। ਚੰਗਾ। ਆ ਲੈ ਸਿੰਮੀ ਪੁੱਤ, ਸੂਟ ਲਿਆਂਦਾ ਇੱਧਰ ਮੈਂ। ਠੀਕ ਹੈ ਡੈਡੀ ਜੀ, ਚਲੋ ਤੁਸੀਂ ਧੋ ਲਓ ਹੱਥ ਮੂੰਹ ਤੇ ਮੈਂ ਰੋਟੀ ਲਿਆਉਣੀ ਤੁਹਾਡੇ ਵਾਸਤੇ। ਹੱਥ ਮੂੰਹ ਧੋਤਾ ਹੀ ਹੋਇਆ, ਤੂੰ ਮੈਂ ਰੋਟੀ ਦੇ ਦੇ, ਭੁੱਖ ਲੱਗੀ ਹੈ। ਚਲ ਬਹਿ ਜਾਓ ਫਿਰ, ਮੈਂ ਲਿਆਉਣੀ ਹਾਂ। ਓਹੋ ਹੋ, ਪੈਰ ਹੀ ਸੌਂ ਗਏ ਨੇ।
ਹਾਂਜੀ ਕੌਣ ਹੈ? ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇੰਝ ਕਰ ਕੁਰਸੀ ਲੈ ਪਹਿਲਾਂ ਬਹਿ ਇੱਥੇ। ਉਹ ਬਾਪੂ ਜੀ ਤੁਸੀਂ ਦੁਕਾਨ ਤੇ ਆਏ ਸੀਗੇ ਨਾ? ਹਾਂਜੀ ਹਾਂਜੀ। ਤੇ ਤੁਸੀਂ ਮੈਨੂੰ 500 ਦਾ ਨੋਟ ਦੇ ਕੇ ਆ ਗਏ। ਆਹੋ ਆਹੋ। ਤੇ ਬਾਕੀ ਪੈਸੇ ਲੈ ਕੇ ਨਹੀਂ ਆਏ ਖੁੱਲੇ? ਉਹ ਮੈਨੂੰ ਨਾ ਚੇਤਾ ਭੁੱਲ ਗਿਆ ਹੁਣ, ਤੇ ਉਮਰ ਦੇ ਹਿਸਾਬ ਨਾਲ ਤੈਨੂੰ ਪਤਾ ਵੀ ਫਰਕ ਪੈ ਜਾਂਦਾ ਵਾ। ਮੈਂ ਤੁਹਾਡੇ ਉਹ ਪੈਸੇ ਵਾਪਸ ਕਰਨ ਆਇਆ ਸੀਗਾ। ਅੱਛਾ। ਮੈਂ ਕਿਹਾ ਚੱਲ ਆਪਣੇ ਪਿੰਡ ਦੇ ਬੰਦੇ ਆ, ਮੈਂ ਰੋਟੀ ਖਾਣ ਘਰ ਤੇ ਆਉਣਾ ਸੀਗਾ। ਹਾਂ, ਜਾਂਦੇ ਜਾਂਦੇ ਮੈਂ ਕਿਹਾ ਚੱਲ ਪੈਸੇ ਵਾਪਸ ਦੇ ਦਿੰਦਾ। ਧੰਨਵਾਦ ਪੁੱਤ ਤੇਰਾ। ਇਸ ਵੇਲੇ ਫਿਰ ਡੈਡੀ ਬਹਿ ਜਾਂਦੇ ਨਾ ਦੁਕਾਨ ਤੇ। ਅੱਛਾ ਅੱਛਾ। ਸਵੇਰੇ ਮੈਂ ਬਹਿਣਾ। ਤੇ ਮੈਂ ਸੋਚਣ ਦਿਆਂ, ਵੇਖੋ ਕਲਯੁਗ ਦਾ ਸਮਾਂ ਹੈ ਤੇ ਤੁਹਾਡੇ ਵਰਗੇ ਸਤਜੁਗੀ ਬੰਦੇ ਵੀ ਸੰਸਾਰ ਤੇ ਹੈਗੇ ਨੇ, ਜਿਸ ਕਰਕੇ ਸੰਸਾਰ ਚੱਲਣ ਦੇ ਆ। ਚਲੋ ਅੰਕਲ ਜੀ, ਮੇਰਾ ਫਰਜ਼ ਬਣਦਾ ਹੈਗਾ ਤੁਹਾਡੇ ਪੈਸੇ ਵਾਪਸ ਮੋੜਨ ਦਾ। ਅਸੀਂ ਕਿਸੇ ਨਾਲ ਧੋਖਾ ਕਰਾਂਗੇ ਤੇ ਰੱਬ ਨੇ ਕੀ ਪਤਾ ਸਾਡੇ ਕੋਲ ਕਿਹੜੇ ਬਹਾਨੇ ਕੱਢਣਾ ਹੈ। ਪੁੱਤਰਾ ਤੇਰੀ ਸੋਚ ਬਹੁਤ ਵਧੀਆ, ਕਲਯੁਗ ਦੇ ਸਮੇਂ 'ਚ ਇਹੋ ਜਿਹੀ ਸੋਚ ਨਹੀਂ ਕਿਸੇ ਦੀ ਹੈਗੀ। ਚਲੋ ਚੱਲਦਾ ਬਾਪੂ ਜੀ। ਨਹੀਂ ਬਹਿ ਬਹਿ ਇੱਕ ਮਿੰਟ। ਰਿੰਪੀ, ਸਿੰਮੀ, ਆ ਪਾਣੀ ਲੈ ਕੇ ਆਓ ਤੇ ਨਾਲੇ ਚਾਹ ਲਿਆਓ। ਆਹ ਬੁੱਢੇ ਨੂੰ ਵੀ ਨਾ ਆਵਾਜ਼ਾਂ ਮਾਰਨ ਤੋਂ ਕੋਈ ਇਲਾਵਾ ਕੰਮ ਨਹੀਂ ਹੈਗਾ। ਜਦੋਂ ਘਰੇ ਕੋਈ ਆ ਜਾਂਦਾ ਨਾ, ਚਾਹ ਲਿਆਓ, ਪਾਣੀ ਲਿਆਓ, ਦੱਸ ਪਾਣੀ ਪਿਲਾ ਕੇ ਤੇ ਬੰਦਾ ਗਾਂਹ ਤੋਰ ਦਿੰਦਾ ਵਾ। ਚਾਹ ਤੋਂ ਬਿਨਾਂ ਤਾਂ ਕਿਸੇ ਨੂੰ ਉੱਠਣ ਨਹੀਂ ਦਿੰਦਾ। ਜਿੱਦਾਂ ਨਾ ਅਸੀਂ ਵਿਹਲੀਆਂ ਬੈਠੀਆਂ ਹੁੰਦੀਆਂ ਇਹਦੇ ਵਾਸਤੇ। ਤੇ ਆਪਾਂ ਵੀ ਕਿਹੜਾ ਚੱਲੇ ਆ, ਆਪਾਂ ਨਹੀਂ ਜਾਣਾ ਜੁਣਾ, ਚੁੱਪ ਕਰਕੇ ਤੇ ਲੰਮੇ ਪਈ ਰਹਿ। ਇਹਨਾਂ ਦਾ ਕੰਮ ਹੀ ਇਹ ਆ। ਅਸੀਂ ਹੁਣ ਸਾਰੀ ਦਿਹਾੜੀ ਰਸੋਈ 'ਚ ਹੀ ਵੜੇ ਰਿਹਾ ਕਰੀਏ। ਹੁਣ ਤਾਂ ਇੰਨਾ ਕੰਮ ਕਰਕੇ ਅੱਗੇ ਥੱਕੀਆਂ ਆਈਆਂ, ਚੁੱਪ ਕੀਤੀ ਰਹਿ ਤੂੰ। ਹੋਰ ਸੁਣਾਓ ਤੁਸੀਂ ਬਾਪੂ, ਸਿਹਤ ਸੁਹਤ ਠੀਕ ਰਹਿੰਦੀ? ਹਾਂ ਸਭ ਠੀਕ ਠਾਕ ਹੈ ਭਾਜੀ। ਹੁਣ ਮੈਨੂੰ ਲੱਗਦਾ ਦੋਵੇਂ ਬਾਹਰ ਨੇ। ਉਹ ਬਾਹਰ ਨੇ ਦੋਵੇਂ? ਹਾਂਜੀ ਹਾਂਜੀ। ਕੰਮ ਵਧੀਆ ਚੱਲਦਾ ਉਹਨਾਂ ਦਾ? ਠੀਕ ਚੱਲਦਾ ਪੁੱਤ। ਰਿੰਪੀ ਪੁੱਤ, ਸਿੰਮੀ ਲਿਆਓ ਪਾਣੀ, ਨਾਲੇ ਚਾਹ ਬਣਾਓ। ਲਿਆਓ ਪੁੱਤ ਪਾਣੀ ਲਿਆਓ। ਉਹ ਚਲੋ ਕੋਈ ਗੱਲ ਨਹੀਂ ਬਾਪੂ ਜੀ, ਮੈਂ ਕਿਹੜਾ ਦੂਰੋਂ ਆਇਆ, ਇੱਥੋਂ ਤੇ ਆਇਆ ਵਾ। ਉਹ ਪਾਣੀ ਮੈਂ ਘਰ ਜਾ ਕੇ ਪੀ ਲੂੰਗਾ, ਚਾਹ ਵੀ ਘਰ ਜਾ ਕੇ ਪੀ ਲੂੰਗਾ, ਕੋਈ ਗੱਲ ਨਹੀਂ। ਤੁਸੀਂ ਕਰੋ ਆਰਾਮ। ਤੂੰ ਬਹਿ, ਮੈਂ ਬਣਾ ਕੇ ਲਿਆਉਣਾ ਚਾਹ ਚੂ ਤੇ ਨਾਲੇ। ਉਹ ਨਹੀਂ ਨਹੀਂ ਬਾਪੂ ਜੀ, ਤੁਸੀਂ ਕਿਉਂ ਖੇਚਲ ਕਰਨੀ ਆ, ਮੈਂ ਹਾਂ ਤੇ ਘਰ ਆ ਮੇਰਾ, ਮੈਂ ਜਾ ਕੇ ਪੀ ਲੂੰਗਾ। ਉਹ ਨਹੀਂ ਪੁੱਤ, ਤੂੰ ਬਹਿ, ਮਸਾਂ ਤੇ ਆਇਆ ਕਿਤੇ, ਕਿੱਦਾਂ ਨਹੀਂ ਜਾਣ ਦੇਣਾ ਮੈਂ, ਬਹਿ ਜਾ। ਦੋ ਮਿੰਟ ਲੱਗਣੇ ਬਸ। ਆਹ ਲੈ ਪੁੱਤਰਾ ਪਾਣੀ ਪੀ ਠੰਡਾ। ਚਾਹ ਵੀ ਤੈਨੂੰ ਮੈਂ ਪਿਆਉਣੀ ਸੀ, ਨੂੰਹਾਂ ਸੁੱਤੀਆਂ ਅੰਦਰ। ਬਾਪੂ ਜੀ ਤੁਸੀਂ ਤੇ ਪਾਣੀ ਦੀ ਐਵੇਂ ਖੇਚਲ ਕੀਤੀ, ਆਹ ਤੇ ਮੇਰਾ ਘਰ ਆ। ਨਹੀਂ ਖੇਚਲ ਕਰਦੀ ਹੈ ਤੇ ਨਾਲੇ ਬਾਪੂ ਜੀ ਤੁਹਾਡੇ ਵਾਸਤੇ ਖੁਸ਼ਖਬਰੀ ਆ। ਖੁਸ਼ਖਬਰੀ? ਕਾਹਦੀ ਖੁਸ਼ਖਬਰੀ ਪੁੱਤਰਾ? ਉਹ ਅੰਕਲ ਜੀ ਤੁਹਾਡੀ ਲਾਟਰੀ ਨਹੀਂ ਪਾਈ ਤੁਸੀਂ ਮੇਰੇ ਦੁਕਾਨ ਤੇ, ਉਹ ਤੁਹਾਡੀ ਲਾਟਰੀ ਨਿਕਲ ਆਈ ਜੇ। ਲਾਟਰੀ ਪਾਈ? ਮੈਨੂੰ ਚੇਤਾ ਨਹੀਂ ਪੁੱਤ। ਓਹੋ ਅੰਕਲ ਜੀ, ਤੁਸੀਂ ਜਿੱਦਾਂ ਸੌਦਾ ਲੈ ਕੇ ਮੇਰੀ ਦੁਕਾਨ ਤੇ ਪੈਸੇ ਭੁੱਲ ਆਏ ਜੇ, ਇੱਦਾਂ ਹੀ ਤੁਹਾਨੂੰ ਲਾਟਰੀ ਦਾ ਚੇਤਾ ਭੁੱਲ ਗਿਆ ਆ। ਹਾਂ, ਪਰ ਮੈਨੂੰ ਚੇਤਾ ਹੈ ਵੀ ਤੁਸੀਂ ਲਾਟਰੀ ਪਾਈ ਸੀਗੀ, 10 ਲੱਖ ਦੀ ਲਾਟਰੀ ਨਿਕਲੀ ਤੁਹਾਡੀ।
10 ਲੱਖ ਦੀ? ਉਹ ਹਾਂਜੀ, ਬਾਕੀ ਤੁਸੀਂ ਟੈਨਸ਼ਨ ਨਾ ਲਓ, 10 ਲੱਖ ਰੁਪਈਆ ਆ ਜਾਣਾ ਵਾ, ਬੈਂਕ 'ਚ ਜਾ ਕੇ ਆਪਾਂ ਕਿਸੇ ਦਿਨ ਕਾਰਵਾਈ ਕਰ ਆਵਾਂਗੇ। ਇਹ ਤਾਂ ਪੁੱਤ ਤੂੰ ਹੀ ਆਪੇ ਕੰਮ ਕਰਾਉਣਾ, ਮੈਨੂੰ ਨਹੀਂ ਪਤਾ ਬੈਂਕ 'ਚ ਜਾਣ ਦਾ ਕਿਵੇਂ ਚਾਹੀਦਾ। ਉਹ ਤੁਸੀਂ ਮੇਰੇ ਸਿਰ 'ਤੇ ਛੱਡ ਦਿਓ, ਮੈਂ ਕਰ ਦੂੰਗਾ। ਬੈਂਕ 'ਚ ਆਪਾਂ ਜਾਣਾ ਆ, ਫਾਰਮ ਭਰਨਾ ਆ, ਪੈਸੇ ਤੁਹਾਡੇ ਖਾਤੇ 'ਚ। ਅਤੇ ਕਿੱਦਣ ਆਵਾਂ ਮੈਂ? ਤੁਸੀਂ ਮੇਰੇ ਕੋਲ ਜਿੱਦਣ ਮਰਜ਼ੀ ਆ ਜਾਇਓ, ਅਤੇ 10 ਲੱਖ ਦੀ ਲਾਟਰੀ ਨਿਕਲੀ ਆ, ਬਹੁਤ ਬਹੁਤ ਮੁਬਾਰਕਾਂ। ਚੱਲ ਠੀਕ ਹੈ ਪੁੱਤ, ਜਿਉਂਦਾ ਰਹਿ, ਤੇਰੇ ਵਰਗੇ ਇਮਾਨਦਾਰ ਵੀ ਬੰਦੇ ਹੈਗੇ। ਚਲੋ ਮੈਂ ਚੱਲਦਾ ਫਿਰ। ਚੱਲ ਠੀਕ ਹੈ। ਤੂੰ ਵੀ ਉਹ ਸੋਚਣ ਡੀ ਜੋ ਮੈਂ ਸੋਚਣ ਡੀ ਆ। ਹੋਰ ਕੀ, ਮੈਂ ਵੀ ਉਹੋ ਗੱਲ ਸੁਣੀ ਆ। ਡੈਡੀ ਨੇ 10 ਲੱਖ ਦੀ ਲਾਟਰੀ ਪਾਈ ਸੀ, ਤੇ ਡੈਡੀ ਨੇ ਸਾਨੂੰ ਦੱਸਿਆ ਵੀ ਨਹੀਂ, ਚੁੱਪ ਚਪੀਤੇ ਜਾ ਕੇ ਤੇ ਪਾਏ। ਡੈਡੀ ਨੂੰ ਤੇ ਆਪ ਨਹੀਂ ਚੇਤਾ, ਭਲਾ ਹੋਵੇ ਉਹ ਬੰਦੇ ਦਾ ਜਿਹੜਾ ਦੱਸ ਗਿਆ ਵੀ ਅੰਕਲ ਜੀ ਤੁਹਾਡੀ ਲਾਟਰੀ ਨਿਕਲੀ ਆ। ਸਹੀ ਗੱਲ ਆ, ਹੁਣ ਬਸ ਕਿਸੇ ਤਰੀਕੇ ਨਾ ਡੈਡੀ ਕੋਲ ਪੈਸੇ ਕਢਾਉਣੇ। ਚਲੋ ਉਹ ਤਾਂ ਤੇਰੀ ਗੱਲ ਠੀਕ ਆ, ਪਰ ਡੈਡੀ ਕੋਲ ਕਢਾਉਣੇ ਕਿੱਦਾਂ ਵਾ? ਡੈਡੀ ਨੇ ਇੱਦਾਂ ਨਹੀਂ ਦੇਣੇ। ਡੈਡੀ ਕੋਲ ਪੈਸੇ ਨਿਕਲਣੇ ਕਿੱਦਾਂ ਵਾ ਉਹ ਤੈਨੂੰ ਵੀ ਪਤਾ ਵਾ। ਹਾਂ ਚੱਲ ਫਿਰ ਲੱਗ ਜੀ ਸਕੀਮ ਤੇ। ਚੱਲ ਆ ਜਾ ਫਿਰ। ਆ ਗਏ ਜੀ ਡੈਡੀ ਜੀ? ਹਾਂ ਪੁੱਤ ਆ ਗਿਆ ਮੈਂ। ਚਲੋ ਬੈਠੋ, ਤੇ ਮੈਂ ਨਿੰਬੂ ਪਾਣੀ ਬਣਾਇਆ, ਮੈਂ ਲੈ ਕੇ ਆਉਂਦੀ ਹਾਂ। ਲਿਆ ਪੁੱਤ, ਤੇ ਬਹੁਤ ਲੱਗੀ ਹੈ। ਡੈਡੀ ਜੀ ਤੁਸੀਂ ਨਾ ਨਿੰਬੂ ਪਾਣੀ ਪੀ ਲਓ ਤੇ ਫਿਰ ਹੱਥ ਮੂੰਹ ਧੋ, ਤੁਹਾਡੇ ਆਲੂ ਮਟਰਾਂ ਦੀ ਸਬਜ਼ੀ ਬਣਾਈ ਤੁਹਾਡੀ ਪਸੰਦ ਦੀ। ਅੱਛਾ ਹਾਂ, ਫਿਰ ਤੁਸੀਂ ਉਹਨਾਂ ਰੋਟੀ ਖਾਇਓ। ਠੀਕ ਹੈ, ਬੜੀ ਸੇਵਾ ਕਰਨ ਲੱਗ ਪਈ ਹੈ। ਡੈਡੀ ਜੀ ਆਲੋ ਪਾ ਲਓ ਚੱਪਲ, ਤੇ ਮੈਨੂੰ ਬੂਟ ਦੇ ਦਿਓ, ਮੈਂ ਰੱਖਦਾ ਅੰਦਰ। ਤੇ ਪੁੱਤ ਮੈਂ ਆਪੇ ਚੱਪਲਾਂ ਪਾ ਲੈਣੀ ਆ, ਬੂਟ ਆਪੇ ਰੱਖ ਦੇਣੇ। ਕੋਈ ਗੱਲ ਨਹੀਂ, ਫਿਰ ਕੀ ਆ, ਉਦਾਂ ਵੀ ਤਾਂ ਆਪਾਂ ਪੈਰੀ ਹੱਥ ਲਾਉਂਦੇ ਹੀ ਆ। ਚੱਲ ਮਹਾਰਾਜ ਤੇਰਾ ਭਲਾ ਕਰੇ। ਡੈਡੀ ਜੀ ਤੁਸੀਂ ਪੱਗ ਪੁੱਗ ਲਾ ਕੇ ਨਾ ਮੂੰਹ ਹੱਥ ਧੋ ਲਓ, ਫਿਰ ਮੈਂ ਰੋਟੀ ਲਿਆ ਦਿੰਦੀ ਹਾਂ। ਠੀਕ ਹੈ ਪੁੱਤਰਾ। ਹੋਰ ਵੀ ਪੁੱਤਰਾ ਠੀਕ ਠਾਕ ਹੈ? ਹਾਂਜੀ ਹਾਂਜੀ ਵਧੀਆ। ਆ ਜਾਣੇ ਵਾਸਤੇ ਟੋਫੀਆਂ ਦੇ ਜਰਾ। ਚਲੋ ਟੋਫੀਆਂ ਤਾਂ ਮੈਂ ਦੇ ਦਿੰਦਾ ਆ। ਤੇ ਬੜੇ ਦਿਨਾਂ ਬਾਅਦ ਆਏ ਤੁਸੀਂ ਦੁਕਾਨ ਤੇ, ਹੁਣ ਕਦੀ ਫੇਰਾ ਹੀ ਨਹੀਂ ਮਾਰਿਆ। ਪੁੱਤਰ ਨੋਵਾਂ ਮੇਰੀਆਂ ਹੁਣ ਆਉਣ ਨਹੀਂ ਦਿੰਦੀਆਂ, ਮੈਨੂੰ ਲੱਗਦਾ ਆਪੇ ਸੌਦਾ ਸੌਦਾ ਲੈ ਜਾਂਦੀ, ਇੱਥੋਂ ਆਉਂਦੀ ਹੁੰਦੀਆਂ ਉਹ ਤੇ ਆਉਂਦੀਆਂ ਹੁੰਦੀਆਂ। ਤੇ ਇਹ ਚਮਤਕਾਰ ਹੋ ਕਿੱਦਾਂ ਗਿਆ? ਉਹ ਤੇ ਚਮਤਕਾਰ ਤੇਰੀ ਲਾਟਰੀ ਨੇ ਕੀਤਾ ਹੈ। ਉਹਨਾਂ ਨੇ ਮੁੜ ਕੇ ਲਾਟਰੀ ਦੇ ਪੈਸੇ ਨਹੀਂ ਮੰਗੇ? ਉਹ ਪੈਸੇ ਨਹੀਂ ਮੰਗੇ ਉਹਨਾਂ ਨੇ, ਪਰ ਪੁੱਛਦੀਆਂ ਵੀ ਕਦੋਂ ਆਉਣੇ ਪੈਸੇ। ਅੱਛਾ ਅੱਛਾ, ਮੈਂ ਕਿਹਾ ਮੈਨੂੰ ਕੀ ਪਤਾ, ਉਸੇ ਨੂੰ ਪਤਾ, ਜਾ ਕੇ ਪੁੱਛ ਲਓ। ਚਲੋ ਜਿੱਦਾਂ ਵੀ ਆ,
ਤੁਹਾਡੀ ਸੇਵਾ ਹੋਣ ਲੱਗ ਪਈ ਨਾ। ਸੇਵਾ ਵਾਧੂ ਹੁੰਦੀ ਪੁੱਤਰ। ਚਲੋ ਠੀਕ ਹੈ, ਮੈਂ ਤੁਹਾਨੂੰ ਟੋਫੀਆਂ ਦਿੰਦਾ।